ਸਤਿ ਸ਼੍ਰੀ ਅਕਾਲ ਜੀ। ਜੇ ਵੀ ਇਸ ਟਾਈਮ ਦੇਖ ਰਹੇ ਹੋ ਤੁਸੀਂ, ਇਸ ਵਕਤ 11:30 ਵਜੇ ਅਚਾਨਕ ਸਬਜ਼ੀ ਮੰਡੀ ਦੇ ਵਿੱਚ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਆ, ਤੇ ਅੱਗ ਦੇ ਜਿਹੜੀਆਂ ਲਾਪਟਾਂ ਤੁਸੀਂ ਦੇਖ ਸਕਦੇ ਹੋ। ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਨਿਹਾਲ ਸਿੰਘ ਵਾਲਾ ਦੇ ਜਿਹੜਾ ਕੰਟਰੋਲ ਕੀਤਾ ਜਾਵੇ ਅੱਗ 'ਤੇ। ਲੋਕਲ ਜਿਹੜੇ ਦੁਕਾਨਦਾਰ ਨੇ ਉਹ ਹੈਲਪ ਕਰ ਰਹੇ ਨੇ ਇੱਕ ਦੂਸਰੇ ਦੀ, ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਲੋਕਲ ਮੰਡੀ ਦੇ ਦੁਕਾਨਦਾਰ ਨੇ ਅਚਾਨਕ ਅੱਗ ਲੱਗਣ ਦੀ ਖਬਰ ਸਾਹਮਣੇ ਆਈ। ਤੁਸੀਂ ਦੇਖ ਸਕਦੇ ਹੋ ਕੀ ਕਾਰਨ ਆ, ਅਸਲ ਕੁਛ ਨਹੀਂ ਪਤਾ ਲੱਗ ਰਿਹਾ, ਪਰ ਜਿਹੜੇ ਸਥਾਨਕ ਲੋਕ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਫਾਇਰ ਬ੍ਰਿਗੇਡ ਨੂੰ ਜਿਹੜੀ ਕਾਲ ਕੀਤੀ ਗਈ ਆ, ਹਜੇ ਤੱਕ ਕੋਈ ਨਹੀਂ ਪਹੁੰਚਿਆ। ਲਾਈਵ ਤਸਵੀਰਾਂ ਤੁਸੀਂ ਜੇ ਵੀ ਇਸ ਟਾਈਮ 'ਤੇ ਦੇਖ ਸਕਦੇ ਹੋ। ਜੇਕਰ ਨਿਹਾਲ ਸਿੰਘ ਵਾਲੇ ਦਾ ਕੋਈ ਵੀ ਆਸ ਪਾਸ ਦੇ ਜਿਹੜੇ ਲੋਕ ਨੇ ਇੱਥੇ ਦੇਖ ਰਹੇ ਨੇ, ਤਾਂ ਕਿਰਪਾ ਕਰਕੇ ਜਲਦੀ ਉਹ ਅੱਗ 'ਤੇ ਜਿਹੜਾ ਕਾਬੂ ਪਾਇਆ ਜਾ ਸਕੇ। ਦੁਕਾਨਦਾਰ ਤੁਸੀਂ ਦੇਖ ਸਕਦੇ ਹੋ, ਰੂਪਲਾਲ ਮਿੱਤਲ ਜੀ ਦੇ ਸਪੁੱਤਰ ਇੱਥੇ ਪਹੁੰਚ ਚੁੱਕੇ ਨੇ, ਉਹ ਵੀ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਲੋਕਲ ਦੁਕਾਨਦਾਰ, ਅਚਾਨਕ ਸਬਜ਼ੀ ਮੰਡੀ ਦੇ ਵਿੱਚ ਜਿਹੜੀ ਅੱਗ ਲੱਗ ਚੁੱਕੀ ਆ, ਪੁਲਿਸ ਪ੍ਰਸ਼ਾਸਨ ਵੀ ਇੱਥੇ ਮੌਜੂਦ ਆ, ਉਹਨਾਂ ਵੱਲੋਂ ਵੀ ਕੋਸ਼ਿਸ਼ ਕੀਤੀ ਜਾ ਰਹੀ। ਸਰ ਇੱਧਰ ਇੱਧਰ ਸਾਹਮਣੇ ਇੱਥੋਂ ਮਾਰੋ, ਨਿਹਾਲ ਸਿੰਘ ਅਤੇ ਪੁਲਿਸ ਪ੍ਰਸ਼ਾਸਨ ਦੇ ਜਿਹੜੇ ਮੁਲਾਜ਼ਮ ਨੇ ਉਹ ਵੀ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਲਾਪਟਾਂ ਤੁਸੀਂ ਦੇਖ ਸਕਦੇ ਹੋ, ਸੁਨਿਹਾਲ ਸਿੰਘ ਵਾਲੇ ਦੇ ਵਿੱਚ ਜਿਹੜੀ ਲਾਈਟ ਵੀ ਬੰਦ ਕਰ ਦਿੱਤੀ ਗਈ ਆ, ਤਾਂ ਕਿ ਜ਼ਿਆਦਾ ਨੁਕਸਾਨ ਨਾ ਹੋਵੇ। ਮੇਨ ਮਾਰਕੀਟ ਸਬਜ਼ੀ, ਰੂਪਲਾਲ ਜੀ ਕਿਸ ਤਰ੍ਹਾਂ ਅੱਗ ਲੱਗੀ? ਜਿਹੜਾ ਵੀ ਮੰਡੀ ਦਾ ਬੰਦਾ ਸੁਣਦਾ ਇੱਥੇ ਪਹੁੰਚੋ, ਕੋਈ ਪਤਾ ਨਹੀਂ ਲੱਗ ਰਿਹਾ ਕਿਵੇਂ ਲੱਗੀ ਆ, ਕਿਵੇਂ ਨਹੀਂ ਪਤਾ ਲੱਗ ਰਿਹਾ ਹਜੇ ਫਿਲਹਾਲ। ਜਿੰਨੇ ਵੀ ਲੋਕਲ ਮੰਡੀ ਦੇ ਵਾਸੀ ਨੇ ਕਿਰਪਾ ਕਰਕੇ ਬਾਜ਼ਾਰ ਦੇ ਵਿੱਚ ਆਉਣ ਦੀ ਕੋਸ਼ਿਸ਼ ਕਰਨ, ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਬੁਝਾਉਣ ਦੀ ਅੱਗ। ਬਿਲਕੁਲ ਸਰ, ਬਿਲਕੁਲ। ਪਾਣੀ ਇੱਥੇ ਲੋਕਲ ਹੈ ਨਹੀਂ, ਟਾਹਣੀਆਂ ਪੱਟ ਲਓ ਯਾਰ, ਟਾਹਣੀਆਂ ਪੱਟ ਲਓ। ਉਹ ਕੋਸ਼ਿਸ਼ ਕਰਦੇ ਹਾਂ ਅਸੀਂ ਅੱਗ ਬੁਝਾਉਣ ਦੀ। ਸੋ ਨਿਹਾਲ ਸਿੰਘ ਵਾਲੇ ਦੇ ਜਿੰਨੇ ਵੀ ਲੋਕ ਨੇ ਇੱਥੇ ਆਸ ਪਾਸ, ਕਿਰਪਾ ਕਰਕੇ ਆਉਣ ਦੀ ਕੋਸ਼ਿਸ਼ ਕਰੋ ਤਾਂ ਕਿ ਅੱਗ 'ਤੇ ਕਾਬੂ ਪਾਇਆ ਜਾ ਸਕੇ। ਨਿਹਾਲ ਸਿੰਘ ਵਾਲਾ ਦੀ ਮੇਨ ਬਾਜ਼ਾਰ ਦੇ ਵਿੱਚ ਅੱਗ ਲੱਗ ਚੁੱਕੀ ਆ, ਪੁਲਿਸ ਪ੍ਰਸ਼ਾਸਨ ਵੀ ਮੌਜੂਦ ਆ, ਉਹਨਾਂ ਵੱਲੋਂ ਵੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ। ਸਰ ਉਰੇ ਉਹ ਉੱਥੇ ਬੁਝਾਓ ਸਰ, ਉੱਥੇ ਜੀ ਲੋਕਲ ਜਿਹੜੇ ਨਿਹਾਲ ਸਿੰਘ ਵਾਲਾ ਦੇ ਲੋਕ ਨੇ। ਸਰ ਕਰੰਟਾਂ ਪਿੱਛੇ ਆ ਜਾਓ, ਬਾਜ਼ਾਰ ਦੀਆਂ ਤਸਵੀਰਾਂ ਨੇ। ਕਿਰਪਾ ਕਰਕੇ ਜਿੰਨੇ ਵੀ ਆਵਾਜ਼ ਸੁਣ ਰਹੇ, ਕਿਰਪਾ ਕਰਕੇ ਨਿਹਾਲ ਸਿੰਘ ਵਾਲਾ ਦੇ ਸਬਜ਼ੀ ਮੰਡੀ ਦੇ ਨਜ਼ਦੀਕ ਘਰ ਨੇ, ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਅੱਗ ਬੁਝਾਉਣ ਦੀ। ਫਾਇਰ ਬ੍ਰਿਗੇਡ ਮੁਨਸ਼ੀ ਜਸਪ੍ਰੀਤ ਜੱਸੀ ਨੇ ਕਾਲ ਕਰੀ ਔਨ ਦਾ ਸਪੋਰਟ, ਪੁਲਿਸ ਪ੍ਰਸ਼ਾਸਨ ਵੀ ਇੱਥੇ ਮੌਜੂਦ ਆ, ਉਹਨਾਂ ਵੱਲੋਂ ਵੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ। ਪੁਲਿਸ ਪ੍ਰਸ਼ਾਸਨ ਵੱਲੋਂ ਵੀ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਤਾਰਾ ਸੋ ਲੋਕਲ ਜਿੰਨੇ ਵੀ ਇੱਥੇ ਮੌਜੂਦ ਨੇ, ਕੋਸ਼ਿਸ਼ ਕਰੋ ਇੱਥੇ ਪਹੁੰਚਣ ਦੀ ਜਲਦੀ ਤੋਂ ਜਲਦੀ। ਫਿਲਹਾਲ ਲੋਕਾਂ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਪਰ ਲਾਪਟਾਂ ਹਜੇ ਵੀ। ਸਰ ਪਤਾ ਲੱਗਿਆ ਕਿਸ ਤਰ੍ਹਾਂ ਅੱਗ ਲੱਗੀ? PCR ਮੁਲਾਜ਼ਮ ਜਿਹੜੇ ਇੱਥੇ ਮੌਕੇ 'ਤੇ ਪਹੁੰਚੇ ਸੀ, ਰੂਪ ਜੀ ਔਰ ਗੁਰਪ੍ਰੀਤ ਜੀ, ਉਹਨਾਂ ਵੱਲੋਂ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ। ਨਿਹਾਲ ਸਿੰਘ ਵਾਲਾ ਦੇ ਕਾਫੀ ਜਿਹੜੇ ਲੋਕ ਇੱਥੇ ਪਹੁੰਚੇ ਹੋਏ ਨੇ, ਲਾਈਵ ਤਸਵੀਰਾਂ ਦੇਖ ਸਕਦੇ ਹੋ। ਮਗਰ ਟਾਹਣੀਆਂ ਤੋੜ ਦਿਓ ਫਟਾਫਟ, ਆਹੋ ਇੱਧਰੋਂ ਲਾ ਲਓ ਸਾਰੇ। ਸੋ ਲੋਕਲ ਜਿੰਨੇ ਵੀ ਇੱਥੇ ਵਸਨੀਕ ਨੇ ਉਹ ਕੋਸ਼ਿਸ਼ ਕਰ ਰਹੇ ਨੇ ਅੱਗ ਬੁਝਾਉਣ ਦੀ। ਉਹ ਪਾਣੀ ਦੀਆਂ ਬਾਲਟੀਆਂ ਉੱਧਰ ਹੈਗੀਆਂ, ਇੱਧਰ ਆ ਜਾਓ, ਇੱਧਰ ਪਾਣੀ ਦੀਆਂ ਵੀਰੇ, ਇੱਧਰ ਲਿਆਓ ਇੱਧਰ ਸਾਹਮਣੇ। ਸੋ ਪਾਣੀ ਦੀਆਂ ਬਾਲਟੀਆਂ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਪੈਪ ਲਾ ਲਓ ਫਟਾਫਟ, ਲੱਗ ਗਿਆ ਬਈ, ਉੱਥੇ ਨੇੜੇ ਲਾਉਣਾ, ਉੱਥੇ ਭਰ ਕੇ ਖਾਧਰ ਖਾਲੀ ਆ ਬਈ। ਓ ਹੋ 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 ਹੋ, ਸੋ ਲਾਈਟ ਵੀ ਜਾ ਚੁੱਕੀ ਆ, ਪਾਣੀ ਦੀਆਂ ਜਿਹੜੀਆਂ ਬਾਲਟੀਆਂ ਨਹੀਂ ਭਰੀਆਂ ਜਾ ਸਕੀਆਂ। ਜਿੰਨੇ ਵੀ ਲੋਕਲ ਜਾਂ ਇੱਧਰ ਜਗ, ਹਾਂਜੀ ਹਾਂਜੀ ਸਰ, ਉੱਥੇ ਆਓ ਪਲੀਜ਼, ਅੱਗ 'ਤੇ ਪੁੱਛਦੇ ਕਿਵੇਂ। ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਲਾਈਟ ਬਿਲਕੁਲ ਬੰਦ ਆ, ਔਰ PCR ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਵੱਲੋਂ ਇੱਥੇ ਜਿਹੜੀ ਪਹਿਲਾਂ ਪਹੁੰਚ ਕੀਤੀ ਗਈ ਆ। ਪੁਲਿਸ ਮੁਲਾਜ਼ਮ ਸਾਡੇ ਨਾਲ ਮੌਜੂਦ ਨੇ। ਸਰ ਕੀ ਨਾਮ ਹੈ ਜੀ? ਮੇਰਾ ਨਾਮ ਏ ਸੀ ਰੂਪ ਸਿੰਘ ਹੈ ਜੀ, ਨਿਹਾਲ ਸਿੰਘ ਵਾਲੇ PCR 'ਤੇ ਅਸੀਂ ਲੱਗਿਆ ਜੀ। ਜੀ ਰੂਪ ਸਿੰਘ ਅਤੇ ਗੁਰਪ੍ਰੀਤ ਸਿੰਘ ਮੌਕੇ 'ਤੇ ਅਸੀਂ ਆਣ ਕੇ ਅੱਗ ਨੂੰ ਕਾਬੂ ਕੀਤਾ ਜੀ। ਸਰ ਫਾਇਰ ਬ੍ਰਿਗੇਡ ਨੂੰ ਫੋਨ ਲਾਇਆ? ਬ੍ਰਿਗੇਡ ਨੂੰ ਫੋਨ ਲਾਇਆ ਸੀਗਾ ਜੀ, ਉਹ ਪਹੁੰਚੀ ਨਹੀਂ ਗਈ ਹਜੇ, ਪਹੁੰਚ ਜੂਗੀ ਕਹਿੰਦੇ ਆ, ਅਤੇ ਬਿਜਲੀ ਵਾਲਿਆਂ ਨੂੰ ਵੀ ਕਿਹਾ ਸੀਗਾ ਜੀ, ਉਹਨਾਂ ਨੂੰ ਵੀ ਲੋਕਲ ਕਿਹਾ ਵੀ ਬੰਦ ਕਰੋ, ਤਾਰਾਂ ਨੂੰ ਬਹੁਤ ਜ਼ਿਆਦਾ ਅੱਗ ਲੱਗ ਚੁੱਕੀ ਸੀਗੀ। ਜਿਹੜੇ ਖੋਖੇ ਆ 4-5 ਸਬਜ਼ੀ ਵਾਲੇ, ਅਤੇ ਜਦੋਂ ਉਹਨਾਂ ਨੂੰ ਸੜ ਕੇ ਸੁਭਾਅ ਜੀ। ਸੋ ਪੁਲਿਸ ਮੁਲਾਜ਼ਮਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ, ਉਹਨਾਂ ਨੇ ਕਿਹਾ ਕਿ ਜਦੋਂ ਹੀ ਸਾਨੂੰ ਪਤਾ ਲੱਗਿਆ, ਸਭ ਤੋਂ ਪਹਿਲਾਂ ਉਹਨਾਂ ਨੇ ਬਿਜਲੀ ਬੰਦ ਕਰਵਾ ਦਿੱਤੀ ਤਾਂ ਕਿ ਜਾਨੀ ਮਾਨੀ ਨੁਕਸਾਨ ਨਾ ਹੋਵੇ। ਤਾਂ ਨਿਹਾਲ ਸਿੰਘ ਵਾਲਾ ਦੇ ਜਿਹੜੇ ਲੋਕ ਨੇ ਕਾਫੀ
हद तक पहुंच चुके ने ते उन्हां वल्लों कोशिश की जा रही। बई खड़े का तो यार उधर नेड़े आ जाओ ना सारे, उधर पानी दी बाल्टी आई है बैक साइड, आ जाओ आ जाओ उधर आ जाओ, प्लीज खड़ो ना सारे जने, हेल्प तो करो, आ जाओ आ जाओ भाई। तो पानी के नाल अग बुझाने की कोशिश की जा रही है। जिहड़े तीन चार खोखे सी सब्जी वाले वो सड़ के सवाह हो चुके ने, तुसीं देख सकते हो निहालसिंगढ़ के जिन्ने भी लोकल वासी ने वह अग बुझाने की कोशिश कर रहे हैं पानी दी बाल्टियां नाल मिट्टी के नाल, पुलिस मुलाजम भी मौजूद उन्हां वल्लों भी अग बुझाने की कोशिश की जा रही है। सो निहालसिंघ वाले के जिन्ने भी लोग इस वक्त इस पेज नाल जुड़े हैं, कृपा करके जल्दी तो जल्दी मेन बाजार के आने की कोशिश करो ताकि अग पर काबू पाया जा सके। जी अग बहुत हद तक मुझे उनका नाम नहीं लै रही, तो सब्जी दिया जड़िया दुकाना सी तीन चार सड़ के सवाह हो चुकी ने मगरले पास न्यालसिंघल के सब्जी मंडी के जड़े डिपन सब्जी सब्जी दे मार्केट सब्जी दुकानदार इतने पहुंच चुके ने, उन्होंने वालों भी कोशिश की जा रही अग बुझाने की। रूपलाल एम सी इतने मौजूद है, अचानक उन्होंने दसाया कि पता लग्या सानू, और सब तो पहला पी सी आर दे एस आई रूप सिंह ने अग बुझाने की कोशिश की जानकारी दी जा रही है। फायर ब्रिगेड भी जी थोड़े समय के पहुँच रही है। सो चार पांच दुकाना जड़िया सड़ चुकी ने अचानक अग लगन के नाल, पर जेडे लोकल वासी इतने मौजूद देख सकते उन्होंने वालों अग बुझाने की पूरी कोशिश की जा रही है। फायर ब्रिगेड कितने आ गई सर, पुछो माड़ा जस्सी जस्सी गले आ गए पुछो माड़ा। सो फायर ब्रिगेड नू भी कॉल की हुई है, लाइट बिल्कुल बंद कर दी क्योंकि पिछलों एस आई रूप सिंह का कहना कि तारा दे विच अग निकल रही सी, अचानक उन्होंने ड्यूटी सी तो उन्होंने पता लग्या। सो लाइट बंद आ, जिहड़े लोकल वसनीक ने उन्होंने वालों अग बुझाने की कोशिश की जा रही है। सो निहालसिंघ वाला के जिन्ने भी लोग इस वक्त जाग रहे ने जां कोशिश करिए इत्थे अग बुझाउण दी, अग दीआं लपटां तुसीं देख सकते हो उधर पानी दे नाल लाइट चली गई है। फिलहाल मोटर दी जिहड़ी सुच सी उह बंद कर दित्ती, इधर भी बाल्टियां पानी दीआं काफ़ी वड्डी गिनती दे विच इत्थे लोग पहुँच चुके ने, पानी दीआं बाल्टियां नाल जिहड़ी अग बुझाई जा रही है। आ रेता चक चक के बाल्टियां पा दो खा बई उत्थे यार, अग बुझा दो रेता पा लो कोई चक्कर नहीं, बाहर सड़ दिओ आ रेते दीआं भर लो वीरे। सो निहालसिंघ वाले दे लोकल उधरों जिहड़ी पैप छड्ड दित्ती गई आ। फायर ब्रिगेड कित्थे आ गई जी? आ गई आ गई सर, मिंट मारो फिर आ गई आ जाओ। फायर ब्रिगेड मानू के आ रही आ जल्दी तो जल्दी। रूपला जी किन्नियां दुकानां नूं नुकसान होया इस वक्त? बहुत ज्यादा जरा गरीब तबका जरा उहदा जमी खत्म हो गया, ते जे मंडी कंट्रोल ना करदी पुलिस प्रशासन ना सहयोग दिंदा तां हो सकदा पता नहीं मंडी दा किन्ना नुकसान हो जांदा। बिल्कुल जी बिल्कुल। सो तुसीं देख सकदे हो लाइव तस्वीरां दे विच जिन्ने भी लोकल मंडी वासी मौके ते मौजूद सी, और पुलिस प्रशासन वालों जिहड़ी लाइट भी बंद करवा दित्ती गई ताकि ज़्यादा नुकसान ना हो। फिलहाल चार पाँच दुकानां जिहड़ियां सड़ के सवाह हो चुकी हैं, सो लोगों वालों जिहड़ी अग बुझाउण की कोशिश की जा रही है। आ मिट्टी दीआं भर आ ले उभरे रेता लिबड़ गया। सो फायर ब्रिगेड दे आउण तों पहलां ही जिहड़ा हैगा अग ते काबू पाया जा रहा। लोकल स्थानक लोग देख सकते हो वड्डी गिनती दे विच पहुँच चुके ने, तो बहुत वड्डी गल आ कि इन्हां ने पुलिस प्रशासन के नाल मिल के जिहड़ी अग आ उहदे ते काबू पा लिया। सो पहली कॉल जिहड़ी मैनूं आई सी उह मोनू मित्तल जी की कॉल आई सी कि इत्थे अग लग चुकी है, फायर ब्रिगेड नूं कॉल की गई, वड्डी गिनती दे विच इत्थे लोग पहुँच चुके ने तुसीं देख सकते हो। नगर कौंसल के सबका प्रधान इंद्रजीत गर्ग जोली जी, जोली सर कदों कदे आए हो तुसीं? रूपलाल मित्तल जी भी इतने मौजूद ने, उन्होंने कहा कि फायर ब्रिगेड भी कॉल की हुई है, जल्द ही इतने थोड़े समय के फायर ब्रिगेड ही पहुंच रही है, और स्थानक लोगों ने
ਜਿਹੜੇ ਪਾਣੀ ਦਾ ਇੰਤਜ਼ਾਮ ਕਰਕੇ ਸਹਿਯੋਗ ਨਾਲ ਪੁਲਿਸ ਦੇ ਬਿਜਲੀ ਬੋਰਡ ਦੇ ਸਹਿਯੋਗ ਨਾਲ ਸਾਰਾ ਕੰਟਰੋਲ ਕਰ ਲਿਆ ਪਰ ਜਿਹੜੀ ਇਹ ਅੱਗ ਲੱਗੀ ਸੀ ਇੰਨੀ ਭਿਆਨਕ ਲੱਗੀ ਸੀ ਵੀ ਜੇ ਇਹਦੇ ਨਾ ਕੰਟਰੋਲ ਹੁੰਦਾ ਪ੍ਰਧਾਨ ਜੀ ਮੌਕੇ ਤੇ ਨਾ ਪਹੁੰਚਦੇ ਸਾਨੂੰ ਮੈਸੇਜ ਨਾ ਲੱਗਦਾ ਲੋਕਾਂ ਦਾ ਹੋ ਸਕਦਾ ਕਿੰਨਾ ਨੁਕਸਾਨ ਹੋ ਜਾਂਦਾ ਜੀ ਇਸ ਗੱਲੋਂ ਸਾਡੀ ਮੰਗੀ ਹੈ ਅਸੀਂ ਸ਼ਲਾਘਾਯੋਗ ਹਾਂ ਕਿ ਉਹਨਾਂ ਨੇ ਬਹੁਤ ਹੀ ਵਧੀਆ ਇੱਕ ਛੋਟੇ ਜਿਹੇ ਸੁਨੇਹੇ ਤੇ ਇੱਕ ਨਾਮ ਹੀ ਬਿਲਕੁਲ ਜੀ ਮੋਨੂ ਦੀ ਕਾਲ ਆਈ ਸੀ ਮੈਨੂੰ ਕਹਿੰਦੇ ਫਟਾਫਟ ਆ ਜਾ ਮੈਂ ਕਿਹਾ ਚਲੋ ਲੋਕਲ ਹੀ ਆ ਫਿਲਹਾਲ ਤੁਸੀਂ ਦੇਖ ਸਕਦੇ ਹੋ ਕਿ ਅੱਗ ਤੇ ਕਾਬੂ ਪਾ ਲਿਆ ਗਿਆ ਫਾਇਰ ਬ੍ਰਿਗੇਡ ਹਜੇ ਪਹੁੰਚਣ ਦੇ ਵਿੱਚ ਦੇਰੀ ਕਰ ਰਹੀ ਆ ਸੋ ਪ੍ਰਸ਼ਾਸਨ ਖੁਦ ਮੌਂਸੀ ਜੀ ਜੀ ਸਾਰੇ ਹਾਜ਼ਰ ਆ ਜੀ ਸੋ SHO ਗੁਰਵਿੰਦਰ ਸਾਹਿਬ ਦੀ ਗੱਲ ਕਰੀ ਉਹ ਵੀ ਮੌਕੇ ਤੇ ਮੌਜੂਦ ਸੀ ਉਹ ਕਹਿੰਦੇ ਤੇ ਫਾਇਰ ਬ੍ਰਿਗੇਡ ਨੂੰ ਕਾਲ ਕੀਤੀ ਗਈ ਆ ਪਰ ਉਸ ਤੋਂ ਪਹਿਲਾਂ ਜਿਹੜਾ ਅੱਗ ਤੇ ਕਾਬੂ ਪਾਇਆ ਗਿਆ ਕਾਫੀ ਆਮ ਆਦਮੀ ਪਾਰਟੀ ਦੇ ਵਰਕਰ ਵੀ ਇੱਥੇ ਮੌਜੂਦ ਨੇ ਸੋ ਵੱਖ ਵੱਖ ਸਿਆਸੀ ਪਾਰਟੀਆਂ ਦੇ ਜਿਹੜੇ ਆਗੂ ਨੇ ਉਹ ਇੱਥੇ ਮੌਜੂਦ ਨੇ ਸੋ ਲਾਈਟਾਂ ਲਾ ਕੇ ਕਿਸੇ ਤਰ੍ਹਾਂ ਬਹੁਤ ਹੀ ਜਿਹੜੀ ਮੰਦਭਾਗੀ ਘਟਨਾ ਹੋਈ ਆ ਅਚਾਨਕ ਹੀ ਪਤਾ ਨਹੀਂ ਕਿਸ ਤਰ੍ਹਾਂ ਅੱਗ ਲੱਗੀ ਸੀ ਸੋ ਲਾਈਵ ਤਸਵੀਰਾਂ ਦੇਖ ਸਕਦੇ ਹੋ ਕਿ ਜਿਹੜੀਆਂ 4-5 ਦੁਕਾਨਾਂ ਸੜ ਕੇ ਸਵਾਹ ਹੋ ਚੁੱਕੀਆਂ ਸੋ ਅੱਗ 'ਤੇ ਕਾਬੂ ਪਾ ਲਿਆ ਗਿਆ ਜੇਕਰ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਸਾਨੂੰ ਨਾ ਪਤਾ ਲੱਗਦਾ ਪੁਲਿਸ ਪ੍ਰਸ਼ਾਸਨ ਵੱਲੋਂ SI ਰੂਪ ਸਿੰਘ ਮੌਕੇ 'ਤੇ ਮੌਜੂਦ ਸੀ ਤਾਂ ਉਹਨਾਂ ਨੇ ਜਿਹੜਾ ਲਾਈਟ ਵੀ ਬੰਦ ਕਰਵਾ ਦਿੱਤੀ ਉਹਨਾਂ ਨੇ ਕਿਹਾ ਨੁਕਸਾਨ ਬਹੁਤ ਜ਼ਿਆਦਾ ਹੋਣਾ ਸੀ ਪਰ ਤੁਸੀਂ ਵੱਡੀ ਗਿਣਤੀ ਦੇ ਵਿੱਚ ਦੇਖ ਸਕਦੇ ਹੋ ਕਿ ਲੋਕਾਂ ਨੇ ਫਾਇਰ ਬ੍ਰਿਗੇਡ ਤੋਂ ਪਹਿਲਾਂ ਹੀ ਅੱਗ 'ਤੇ ਕਾਬੂ ਪਾ ਲਿਆ ਔਰ ਇਹ ਬਹੁਤ ਵੱਡੀ ਗੱਲ ਆ ਇਹ ਆਮ ਲੋਕਾਂ ਦਾ ਜਿਹੜਾ ਇੱਕ ਆ ਉਹਨਾਂ ਨੇ ਇਸ ਵਕਤ ਦਿਖਾਇਆ ਕਿਉਂਕਿ ਵੱਡਾ ਨੁਕਸਾਨ ਹੁਣ ਬਚ ਗਿਆ ਸੋ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬਾਲਟੀਆਂ ਦੇ ਨਾਲ ਪਾਣੀ ਪਾਇਆ ਜਾ ਰਿਹਾ ਔਰ ਅੱਗ 'ਤੇ ਕਾਬੂ ਬਿਲਕੁਲ ਪਾਇਆ ਜਾ ਰਿਹਾ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਥਾਨਕ ਲੋਕ ਸੀ ਜਿਹੜੇ ਇੱਥੇ ਮੌਕੇ 'ਤੇ ਪਹੁੰਚ ਚੁੱਕੇ ਨੇ ਲਗਭਗ 4-5 ਜਿਹੜੀਆਂ ਸਬਜ਼ੀ ਦੀਆਂ ਦੁਕਾਨਾਂ ਸੀ ਉਹਨਾਂ ਦਾ ਨੁਕਸਾਨ ਹੋਇਆ ਔਰ ਖੋਖਾ ਸੀ ਇੱਕ ਔਰ ਪਾਈਪਾਂ ਲਾ ਕੇ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਜਿਹੜੇ ਸਬਜ਼ੀ ਵਾਲੇ ਦੁਕਾਨਦਾਰ ਨੇ ਉਹ ਵੀ ਇੱਥੇ ਮੌਕੇ 'ਤੇ ਮੌਜੂਦ ਆ ਸਾਰਿਆਂ ਨੇ ਇੱਕ ਦੂਸਰੇ ਨੂੰ ਫੋਨ ਕਰਕੇ ਇੱਥੇ ਬੁਲਾਇਆ ਔਰ ਤੁਸੀਂ ਦੇਖ ਸਕਦੇ ਹੋ ਸੋ ਅੱਗ ਲੱਗਣ ਦਾ ਕੋਈ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਪਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਇੱਥੇ ਲੋਕ ਮੌਜੂਦ ਨੇ ਉਹਨਾਂ ਵੱਲੋਂ ਅੱਗ 'ਤੇ ਕਾਬੂ ਪਾ ਲਿਆ ਗਿਆ ਫਾਇਰ ਬ੍ਰਿਗੇਡ ਆ ਜਿਹੜੀ ਹਜੇ ਤੱਕ ਨਹੀਂ ਪਹੁੰਚੀ ਸੋ ਲੋਕਾਂ ਦਾ ਇੱਕ ਇਸ ਵਕਤ ਦੇਖਣ ਨੂੰ ਮਿਲ ਰਿਹਾ ਪ੍ਰਧਾਨ ਸਾਹਿਬ ਕਹਿ ਰਹੇ ਕਿ ਲੋਕਾਂ ਦੇ ਏਕੇ ਦੇ ਨਾਲ ਹੀ ਆ ਜਿਹੜੀ ਇਹ ਘਟਨਾ ਹੁਣ ਵੱਧ ਸਕੇ ਆ ਤਾਂ ਜੀ ਕਿੰਨਾ ਕੁ ਨੁਕਸਾਨ ਹੋਇਆ ਜੀ ਨੁਕਸਾਨ ਬਹੁਤ ਹੋ ਗਿਆ ਸਾਰਾ ਕੁਝ ਤੁਹਾਡੀ ਦੁਕਾਨ ਸੀ ਜੀ ਵਿੱਚ ਤੁਸੀਂ ਦੇਖ ਸਕਦੇ ਹੋ ਜਿਹੜੇ ਦੁਕਾਨਦਾਰ ਸੀ 6 ਦੁਕਾਨਾਂ ਜਲ ਗਈਆਂ 6 ਆਈ 6 ਕਿਹਦੀਆਂ ਦੁਕਾਨਾਂ ਸੀ ਤੁਹਾਡੇ ਨਾਲ ਇੱਕ ਤਾਂ ਰਾਜਾ ਜੀ ਇੱਕ ਮੱਖਣ ਇੱਕ ਮੱਖਣ ਇੱਕ ਜਮਲਾ ਕਿੰਨੇ ਕੁ ਦਾ ਨੁਕਸਾਨ ਹੋ ਗਿਆ ਜੀ ਤੁਹਾਡਾ ਚਲੋ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਨੁਕਸਾਨ ਕਾਫੀ ਹੋ ਚੁੱਕਿਆ ਫਿਲਹਾਲ ਦੇਖ ਸਕਦੇ ਅੱਗ 'ਤੇ ਕਾਬੂ ਪਾ ਲਿਆ ਗਿਆ ਲਾਈਟ ਕੱਟੀ ਹੋਈ ਆ ਦੁਕਾਨਦਾਰ ਮੰਡੀ ਦੇ ਸਿਆਸੀ ਲੀਡਰ ਵੀ ਇੱਥੇ ਪਹੁੰਚੇ ਨੇ ਫਾਇਰ ਬ੍ਰਿਗੇਡ ਤੋਂ ਪਹਿਲਾਂ ਜਿਹੜਾ ਅੱਗ 'ਤੇ ਕਾਬੂ ਪਾ ਲਿਆ ਗਿਆ ਸਥਾਨਕ ਲੋਕਾਂ ਦਾ ਜਿਹੜਾ ਇੱਕ ਦੇਖਣ ਨੂੰ ਮਿਲ ਰਿਹਾ ਅੱਗ ਲੱਗਣ ਦਾ ਜਿਹੜਾ ਠੋਸ ਕਾਰਨ ਅਜੇ ਪਤਾ ਨਹੀਂ ਲੱਗਿਆ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਇੱਥੇ ਸਥਾਨਕ ਲੋਕਾਂ ਨੇ ਅੱਗ 'ਤੇ ਕਾਬੂ ਪਾ ਲਿਆ ਮੇਨ ਮਾਰਕੀਟ ਨਿਹਾਲ ਸਿੰਘ ਵਾਲਾ ਦੀਆਂ ਤਸਵੀਰਾਂ ਨੇ ਜਿਹੜੀ ਫਾਇਰ ਬ੍ਰਿਗੇਡ ਆ ਹਜੇ ਤੱਕ ਨਹੀਂ ਪਹੁੰਚੀ ਆਮ ਲੋਕਾਂ ਵੱਲੋਂ ਜਿਹੜਾ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਫਿਲਹਾਲ ਫਰੰਟ ਤੋਂ ਤੁਹਾਨੂੰ ਦਿਖਾਉਂਦੇ ਹਾਂ ਕਿ ਕਿੰਨੀ ਕੁ ਜਿਹੜੀ ਅੱਗ ਆ ਹਜੇ ਲੱਗੀ ਹੋਈ ਆ ਮੇਨ ਰੋਡ ਨਿਹਾਲ ਸਿੰਘ ਵਾਲੇ ਦੀਆਂ ਤਸਵੀਰਾਂ ਨੇ ਮੇਨ ਚੌਂਕ ਦੀਆਂ ਜਿੱਥੇ ਸਬਜ਼ੀ ਮੰਡੀ ਆ ਸੋ ਉਹਦੇ ਵਿੱਚ 5-6 ਦੁਕਾਨਾਂ ਜਿਹੜੀਆਂ ਸੜ ਕੇ ਸਵਾਹ ਹੋ ਚੁੱਕੀਆਂ ਜਿਹਦੇ ਵਿੱਚ ਸਬਜ਼ੀ ਵੀ ਸੀ ਫਰੂਟਾਂ ਦੀਆਂ ਦੁਕਾਨਾਂ ਸੀ ਸੋ ਦੁਕਾਨਦਾਰ ਵੀ ਉਹ ਮੌਕੇ 'ਤੇ ਮੌਜੂਦ ਨੇ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਤਾਂ ਕਿ ਅੱਗੇ ਤੋਂ ਵੀ ਜਿਹੜੀ ਇਹੋ ਜਿਹੀ ਘਟਨਾ ਨਾ ਵਾਪਰ ਸਕੇ ਔਰ ਲੋਕਾਂ ਦੀ ਜਿਹੜੀ ਯੂਨਿਟੀ ਆ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਪਹੁੰਚੇ ਹੋਏ ਨੇ ਫਾਇਰ ਬ੍ਰਿਗੇਡ ਹਜੇ ਤੱਕ ਨਹੀਂ ਪਹੁੰਚੀ ਸੋ ਇਸ ਵੀਡੀਓ ਦੇ ਜ਼ਰੀਏ ਅਸੀਂ
एम एल ए साहब नूं भी गुजारिश करांगे कि निहाल सिंह वाला दे विच लोकल जिहड़ी फायर ब्रिगेड का प्रबंध किया जाए ता कि वड्डी अणहोणी बच सके, अणहोणी हुण बच सके। सो तस्वीर देख सकते हो, कूलर लग्या होया सी विच दुकानां दे, सड़के सवाह हो चुके आ, लाइट बिल्कुल बंद। लोगों वालों जी हजे भी कोशिश की जा रही अग बुझाउण दी, जिहड़ियां लापटां तुसीं देख सकते हो। सो फायर ब्रिगेड जी साइड दे, साइड आ साइड पर कर दो, आ फायर ब्रिगेड आ गई, आ साइड पर कर दो, आ खिचो साइड पर कर दे। सो फायर ब्रिगेड भी जी मौके खिंच लो मेरे साइड पर कर लो, अग बुझा दो। सो फायर ब्रिगेड पहुँच चुकी आ, तस्वीर तुम देख सकते हो, भाई साइड पर हो जाओ माड़ा जा। सो लाइव तस्वीर तुम देख सकते हो, फायर ब्रिगेड आ जी पहुँच चुकी आ, अग भी लगी हुई है अजे। फायर ब्रिगेड के जोड़े ड्राइवर ने अग बुझाऊ यंत्र की कोशिश कर रहे हैं, लाइव तस्वीर तुम देख सकते हो, पूरी कोशिश की जा रही उन्होंने वालों भी। सो फायर ब्रिगेड के जोड़े बहन वाले ने तुम देख सकते हो लाइव तस्वीर के, मेरा ख्याल है भी दो मिनट का काम आ जोड़ा अग बुझन का, तुम देख सकते हो बहुत वड्डी गल है एम्बूलेंस फायर ब्रिगेड का इत्थे आना, क्योंकि काफ़ी वड्डी मात्रा के अग लग चुकी सी। तो फायर ब्रिगेड मौके पर पहुँच चुकी आ, चंद मिनटों के जी अग पर काबू पाया जाना, क्योंकि अग हजे भी लगी हुई है। तो लाइव तस्वीर तुम जे वी एस टाइम से देख रहे हो, वड्डी गिनती के निहाल सिंह वाला के जोड़े लोग इतने मौजूद ने। पुलिस प्रशासन की गल करी या फायर ब्रिगेड की गड्डी की गल करिए, सारे मौके पर मौजूद ने। सो अग बुझाने की जी कोशिश की जा रही है, सो फायर ब्रिगेड के जोड़े मैंबर ने इतने पहुँचे हुए हैं, उन्होंने वालों अग से जोड़ा काबू पाने की कोशिश की जा रही है। तो ये बहुत वड्डी गल है, उन्होंने मौके पर आए ने, उस तो पहले जोड़ा लोगों वालों भी काबू पाने की कोशिश की जा रही थी। सर जी फायर ब्रिगेड की गड्डी कितों मंगाई सी? मोगे तो आई है। सो तुम देख सकते हो 15 अद्धे घंटे के जी गड्डी मोगे तो पहुंची आ। सो देख सकते हो तस्वीर तुम, वड्डा जोड़ा कट्ठ देखने मिल रहा, फायर ब्रिगेड आ जी मोगे तो आई है, जोड़े वे मैंबर ने वो बुझाने की कोशिश कर रहे हैं फायर ब्रिगेड के, वड्डी गिनती के निहाल सिंह वाला के जोड़े लोग ने। जसप्रीत मुख्यमंत्री निहाल सिंह वाला भी मौजूद ने, पुलिस प्रशासन तो होर जिहड़ियां निहाल सिंह वाले दियां उगियां शख्सियतां सारियां इत्थे मौजूद ने। उन्होंने वालों सारे वालों जी अग बुझाने की कोशिश की गई सी, जिहड़ा अग लगन का ठोस कारण अजे नहीं पता लग सकिया। तो लाइव तस्वीर तुम देख सकते हो, फायर ब्रिगेड पहुँच चुकी है ता कि जिहड़ा वड्डा नुकसान होने तो बचा जा सके। तो फायर ब्रिगेड का भी जिहड़ा धन्यवाद करना बनता, उन्होंने जिहड़ा मौके पर आके बिल्कुल, क्योंकि लाइट चली गई सी, पानी की प्रॉब्लम आ रही थी। फायर ब्रिगेड के मैंबर का भी धन्यवाद करना बनता, मौके पर मोगे तो 15-20 मिनट के जी गड्डी इतने पहुंची आ। सो एम एल ए साहब न भी गुजारिश है कि निहाल सिंह वाला देकल फायर ब्रिगेड का जोड़ा प्रबंध किया जाए ताकि अगे तो कोई अणहोनी होने बच जा सके। लाइव तस्वीर तुम जे वी एस टाइम से देख रहे हो, निहाल सिंह वाले लोकल जोड़े लोग ने इतने पहुंचे ने, फायर ब्रिगेड की गड्डी भी पहुँच चुकी थी। तो वड्डी गिनती के जोड़े लोग इतने पहुँचे हुए सन, लाइव तस्वीर के देख सकते हो, निहाल सिंह वाला के जोड़े लोकल लोग ने उन्होंने वालों अग बुझाने की कोशिश की गई थी। तो फायर ब्रिगेड के जोड़े मैंबर आ उन्होंने वालों अग बुझाने की कोशिश की जा रही है। तो चंद मिनटों के जोड़ा मौजूद है जी, हम इतने जी अब कोई नहीं करे, सारी मंडी का पूरा सहयोग है सामने जी, सारी मंडी के सहयोग कंट्रोल होया जी। फायर ब्रिगेड भी सर पहुँच चुकी आ, फायर ब्रिगेड भी पहुँच चुकी आ। तुहानू नहीं लगता रूपलाल जी भी इतने भी निहाल सिंह वाले होनी चाहिए फायर ब्रिगेड? बिल्कुल होनी चाहिए जी, साडी मंग है सरकार वल्लों, सरकार नूं कल एम एल ए साहब नूं भी कहांगे, मंत्री जी नूं भी कहांगे जी, कि ये साडी मंग पूरी की जाए जी। सो लाइव तस्वीरां दे विच देख सकते हो कि जिहड़ा फायर ब्रिगेड वल्लों
पानी दी बिशारा मारिया जा रही ने ताकि अग ते काबू पाया जा सके। न्याल सिंह वाला दे स्थानक लोग इत्थे मौजूद ने। सो नाल ही फ्रूट वाला एक खोखा से ही बच गया। जिहड़ियां चार पंज दुकानां ने सड़ के सवाह हो चुकियां। फायर ब्रिगेड वालों जिहड़ा अग बुझाउण की कोशिश जारी आ। की कहना चाहुंदे अंकल जी? जिहड़ी पहल आ लोगों ने की जी इत्थे आके जी। सो जिस तरह लाइव के पता चलता पुलिस प्रशासन वालों भी एएसआई रूप वालों जिहड़ी पहली कोशिश की गई सी पुलिस प्रशासन का धन्यवाद करना बनता। सर की कहना चाहुंदे हो? जिहड़ी फायर ब्रिगेड भी मौके पर पहुँच चुकी है जी। सो उन्हां दा कहना है कि जिहड़ा है शुरुआत लोगों वालों की गई सी अग बुझाउण दी मौके ते मौजूद सी। सो फायर ब्रिगेड के मैंबर ने अग बुझाउण की कोशिश कर रहे ने। साइड दे साइड दे साइड दे लाइव तस्वीरां दे विच देख सकते हो लगभग 12:10 का समा है। 11:30 की जी अग लगी हुई सी। अचानक मैंने कॉल आँदी है मोनू मित्तल जी की। सो पहला सब तो पहला फायर ब्रिगेड को कॉल करी और फायर ब्रिगेड वालों जी अग बुझाने की कोशिश की जा रही है। लाइव तस्वीर तो तुम देख सकते हो क्योंकि धुआं अजे भी चल रहा अग के जोड़े चांस बन सकते हैं। मोगे तो फायर ब्रिगेड 15-20 मिनट के इतने पहुंची आ। सो वड्डी गल ये है कि निहाल सिंह वाला के लोकल लोग ने जोड़े इतने मौजूद आ उन्होंने वालों भी जोड़े दरख्त पट के अग बुझाने की कोशिश की। लाइट भी चल पी है तुम देख सकते हो वड्डी गिनती दे विच जोड़े स्थानक लोग पहुँचे हुए ने। जिस तरह ही लाइव चलता एक दूसरे को कॉल करके इतने पहुँचे ने। लाइव तस्वीर तुम देख सकते हो। सो वख वख सियासी पार्टियां दे जिहड़े आगू ने कारकुन ने इत्थे पहुँचे ने। पुलिस प्रशासन भी मौके पर मौजूद आ। लाइव तस्वीर तुम देख सकते हो। तो फायर ब्रिगेड वालों अग बुझाने की पूरी कोशिश की जा रही है। गुरप्रीत जी पता लग्या कि ठोस कारण की सी? सर ठोस कारण का पता लग्या अग किस तरह लगी? ठोस खादसा जताया जा रहा है कि जिहड़ा करंट लगन के कारण जिहड़ा स्पार्क हुई सी तार उसके कारण जिहड़ा करंट जिहड़ा स्पार्क हुई है ताही अग लगी है। तो सब तो पहला उन्होंने SHO गुरविंदर सिंह नूं सूचित किया। उस तो बाद उन्होंने बिजली महकमे नूं कॉल करके जिहड़ी लाइट बंद करवा दी। सो वड्डी गल है कि निहाल सिंह वाला दे पुलिस प्रशासन वालों बहुत वड्डी कार्रवाई है। उस तो बाद ही नाल ही उन्होंने जिहड़ा फायर ब्रिगेड नूं कॉल करी और फायर ब्रिगेड भी मौके पर मौजूद आ। लाइव तस्वीर देख सकते हो निहाल सिंह वाले दे पुलिस प्रशासन नूं मौके दीआं तस्वीरां तुसीं देख सकते हो। उन्हां वालों जिहड़ी आ वड्डी कार्रवाई की जा रही है। अग ते जिहड़ा बिलकुल काबू पाया गया है और फायर ब्रिगेड दीआं सेवावां जिहड़ियां तुसीं देख सकते हो कि 15-20 मिनट लेट होण कारण जिहड़ा नुकसान होया। सो लोकल और लोकल लोगों का और पुलिस प्रशासन का वड्डा योगदान है इस अग नूं बुझाउण दे विच। मोगे तो जिहड़ी एंबूलेंस आई सी सॉरी फायर ब्रिगेड पंजाब फायर ब्रिगेड एंड एमरजेंसी। सो लोगों के एके दे नाल ही जिहड़ा अग ते काबू पाया गया। लाइव तस्वीरां तुसीं देख सकते हो। अग बिल्कुल बुझ चुकी आ। फायर ब्रिगेड के जिहड़े मैंबर ने वो हजे भी जिहड़े कोशिश कर रहे हैं कि कितने जिहड़ी अग का अंगारा होर ना कितने चल जाए। सो पानी दीआं बिशारां हजे भी चल रही ने।
ਸੋ ਫਾਇਰ ਬ੍ਰਿਗੇਡ ਦੇ ਜਿਹੜੇ ਮੈਂਬਰ ਨੇ ਉਹਨਾਂ ਵੱਲੋਂ ਅੱਗ 'ਤੇ ਜਿਹੜਾ ਕਾਬੂ ਪਾਇਆ ਗਿਆ। 15-20 ਮਿੰਟ ਲੇਟ ਹੋਣ ਕਾਰਨ ਜੇ ਪਹਿਲਾਂ ਆ ਜਾਂਦੇ ਤਾਂ ਨੁਕਸਾਨ ਘੱਟ ਸਕਦਾ ਸੀ, ਪਰ ਤੁਸੀਂ ਦੇਖ ਸਕਦੇ ਹੋ ਕਿ ਲਾਈਵ ਤਸਵੀਰਾਂ ਦੇ ਵਿੱਚ ਫਾਇਰ ਬ੍ਰਿਗੇਡ ਦੇ ਮੈਂਬਰਾਂ ਵੱਲੋਂ ਅੱਗ ਬੁਝਾਈ ਜਾ ਰਹੀ ਆ। ਲਾਈਵ ਤਸਵੀਰਾਂ ਤੁਸੀਂ JBS ਟਾਈਮ 'ਤੇ ਦੇਖ ਸਕਦੇ ਹੋ। ਸੋ 12:30 ਤੋਂ ਜ਼ਿਆਦਾ ਟਾਈਮ ਹੋ ਗਿਆ, ਕਿਉਂਕਿ ਜ਼ਿਆਦਾਤਰ ਲੋਕਾਂ ਨੂੰ ਇਸ ਗੱਲ ਦਾ ਨਹੀਂ ਪਤਾ, ਉਹ ਸਵੇਰੇ ਦੇਖ ਲੈਣਗੇ। ਹਾਂਜੀ ਵੇਪਣ, ਕੀ ਕਹਿਣਾ ਚਾਹੁੰਦੇ ਹੋ? ਅੱਗ ਦਾ ਤੁਹਾਨੂੰ ਕਦੋਂ ਪਤਾ ਲੱਗਿਆ? ਹਾਂ, ਤਾਂ ਬੁਝਾਉਣ ਦੀ ਕੋਸ਼ਿਸ਼ ਪਹਿਲਾਂ ਕਿਹਨੇ ਕੀਤੀ? ਹਾਂ, ਤੁਸੀਂ ਦੇਖ ਸਕਦੇ ਹੋ ਜਿਹੜੀਆਂ 4-5 ਦੁਕਾਨਾਂ ਸੜ ਕੇ ਸਵਾਹ ਹੋ ਚੁੱਕੀਆਂ ਨੇ। ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਫਾਇਰ ਬ੍ਰਿਗੇਡ ਵੱਲੋਂ ਅੱਗ ਬੁਝਾਈ ਜਾ ਰਹੀ ਹੈ ਔਰ ਸਥਾਨਕ ਲੋਕ ਮੌਕੇ 'ਤੇ ਮੌਜੂਦ ਨੇ। ਸਬਜ਼ੀ ਦੀ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ, ਆਲੂ, ਮਿਰਚ, ਗੰਡੇ, ਕਾਫੀ ਸਾਰੀਆਂ ਸਬਜ਼ੀਆਂ ਸੀ ਉਹ ਸੜ ਕੇ ਸਵਾਹ ਹੋ ਚੁੱਕੀਆਂ ਔਰ ਸਮੈਲ ਵੀ ਬੜੀ ਗੰਦੀ ਆ ਰਹੀ ਆ। ਸੋ ਫਾਇਰ ਬ੍ਰਿਗੇਡ ਵੱਲੋਂ ਜਿਹੜੀ ਆ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। 4-5 ਦੁਕਾਨਾਂ ਦਾ ਨੁਕਸਾਨ ਹੋ ਚੁੱਕਿਆ, ਆਮ ਲੋਕ ਇੱਥੇ ਮੌਜੂਦ ਨੇ ਉਹਨਾਂ ਵੱਲੋਂ ਵੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ, ਪਰ ਜਿਹੜਾ ਧੂੰਆਂ ਹਜੇ ਵੀ ਆ ਰਿਹਾ ਕਿਉਂਕਿ ਅੱਗ ਕਾਫੀ ਸਮੇਂ ਦੀ ਲੱਗੀ ਹੋਈ ਸੀ, 11:30 ਲਗਭਗ ਅੱਧੇ ਘੰਟੇ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਿਆ ਅੱਗ ਲੱਗੀ ਨੂੰ। ਪੁਲਿਸ ਪ੍ਰਸ਼ਾਸਨ ਵੱਲੋਂ ਫਾਇਰ ਬ੍ਰਿਗੇਡ ਨੂੰ ਕਾਲ ਕੀਤੀ ਗਈ ਔਰ ਜਿਹੜੇ ਸਥਾਨਕ ਲੋਕ ਨੇ ਉਹਨਾਂ ਵੱਲੋਂ ਵੀ ਜਿਹੜਾ ਅੱਗ 'ਤੇ ਕਾਬੂ ਪਾਇਆ ਗਿਆ। ਸੋ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂ ਇੱਥੇ ਮੌਜੂਦ ਨੇ ਔਰ ਨਿਆਲ ਸਿੰਘ ਵਾਲੇ ਦੀ ਗ੍ਰਾਮ ਪੰਚਾਇਤ ਰਣਸੀਂਹ ਕਲਾਂ ਦਾ ਨਾਮ ਸਭ ਨੇ ਸੁਣਿਆ ਹੋਣਾ। ਰਣਸੀਂਹ ਖੁਰਦ ਤੋਂ ਜਿਹੜੀ ਪਾਣੀ ਵਾਲੀ ਜਿਹੜੀ ਟਰਾਲੀ ਆਈ ਹੈ ਇੱਥੇ ਪਹੁੰਚੀ ਆ, ਉਹਦੇ ਟੈਂਕ ਵੱਲੋਂ ਵੀ ਜਿਹੜੀ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜਨਰੇਟਰ ਲਾ ਲਾ ਕੇ। ਤੁਸੀਂ ਦੇਖ ਸਕਦੇ ਹੋ ਕਿ ਵੱਖ ਵੱਖ ਪਿੰਡਾਂ ਵੱਲੋਂ ਵੀ ਵੱਡਾ ਯੋਗਦਾਨ ਹੈ ਇਸ ਅੱਗ ਨੂੰ ਬੁਝਾਉਣ ਦਾ। 4-5 ਦੁਕਾਨਾਂ ਜਿਹੜੀਆਂ ਸੜ ਕੇ ਸਵਾਹ ਹੋ ਚੁੱਕੀਆਂ ਨੇ, ਫਾਇਰ ਬ੍ਰਿਗੇਡ ਵੱਲੋਂ ਜਿਹੜਾ ਅੱਗ 'ਤੇ ਬਿਲਕੁਲ ਕਾਬੂ ਪਾਇਆ ਗਿਆ। ਨਿਆਲ ਸਿੰਘ ਵਾਲੇ ਦਾ ਮੇਨ ਬਾਜ਼ਾਰ ਦੀਆਂ ਇਹ ਤਸਵੀਰਾਂ ਨੇ। ਪੁਲਿਸ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ASI ਰੂਪ ਸਿੰਘ ਵੱਲੋਂ ਕਿਹਾ ਗਿਆ ਕਿ ਤਾਰਾਂ ਦੇ ਸਪਾਰਕ ਕਾਰਨ ਜਿਹੜੀ ਇੱਥੇ ਅੱਗ ਲੱਗੀ ਸੀ। ਸੋ ਸਭ ਤੋਂ ਪਹਿਲਾਂ ਉਹਨਾਂ ਨੇ ਥਾਣਾ ਮੁਖੀ SHO ਗੁਰਵਿੰਦਰ ਸਿੰਘ ਨਾਲ ਸੰਪਰਕ ਕੀਤਾ, ਉਸ ਤੋਂ ਬਾਅਦ ਨਿਹਾਲ ਸਿੰਘ ਵਾਲਾ ਦੇ ਬਿਜਲੀ ਮਹਿਕਮੇ ਦੇ ਨਾਲ ਗੱਲਬਾਤ ਕੀਤੀ, ਫਿਰ ਲਾਈਟ ਬੰਦ ਹੋਣ ਤੋਂ ਬਾਅਦ ਜਿਹੜੀ ਸਾਰੀ ਕਾਰਵਾਈ ਤੁਸੀਂ ਦੇਖ ਸਕਦੇ ਹੋ। ਆਮ ਲੋਕਾਂ ਨੇ ਜਿਹੜੀ ਅੱਗ ਬੁਝਾ ਕੇ ਏਕਤਾ ਦਾ ਜਿਹੜਾ ਆਮ ਲੋਕਾਂ ਦੀ ਏਕਤਾ ਤੁਸੀਂ ਦੇਖ ਸਕਦੇ ਹੋ। ਫਾਇਰ ਬ੍ਰਿਗੇਡ ਵੱਲੋਂ ਜਿਹੜੀ ਅੱਗ ਆ ਬਿਲਕੁਲ ਬੁਝਾ ਦਿੱਤੀ ਗਈ ਹੈ, ਸਥਾਨਕ ਲੋਕ ਮੌਕੇ 'ਤੇ ਮੌਜੂਦ ਨੇ। ਤਾਰਾਂ ਦੇ ਸਪਾਰਕ ਹੋਣ ਕਾਰਨ ਹੀ ਜਿਹੜੀ ਇੱਥੇ ਅੱਗ ਲੱਗਣ ਦਾ ਖਦਸ਼ਾ ਜਤਾਇਆ ਜਾ ਰਿਹਾ। ਸੋ ਟੋਟਲ ਕਿੰਨਾ ਨੁਕਸਾਨ ਹੋਇਆ ਇਹ ਤਾਂ ਹੁਣ ਸਵੇਰ ਨੂੰ ਹੀ ਪਤਾ ਲੱਗੇਗਾ। ਲਾਈਵ ਤਸਵੀਰਾਂ ਤੁਸੀਂ JBS ਟਾਈਮ 'ਤੇ ਦੇਖ ਸਕਦੇ ਹੋ। ਫਾਇਰ ਬ੍ਰਿਗੇਡ ਵੱਲੋਂ ਜਿਹੜੀ ਅੱਗ 'ਤੇ ਕਾਬੂ ਪਾਇਆ ਜਾ ਰਿਹਾ। ਨਿਹਾਲ ਸਿੰਘ ਵਾਲਾ ਦੇ ਜਿਹੜੇ ਲੋਕਲ ਨਿਵਾਸੀ ਨੇ ਇੱਥੇ ਪਹੁੰਚੇ ਹੋਏ ਨੇ, ਸਾਰਿਆਂ ਦਾ ਵੱਡਾ ਯੋਗਦਾਨ ਆ। ਪੁਲਿਸ ਪ੍ਰਸ਼ਾਸਨ ਦੀ ਗੱਲ ਕਰੀਏ ਜਾਂ
ਰਣਸਿੰਘ ਖੁਰਦਰੇ ਪਿੰਡਾਂ ਪਿੰਡ ਦੀ ਗੱਲ ਕਰੀਏ, ਧੂੜਕੋਟ ਦੀ ਗੱਲ ਕਰੀਏ, ਮਧੇਹ ਦੀ ਗੱਲ ਕਰੀਏ ਤਾਂ ਲੋਕ ਇੱਥੇ ਮੌਜੂਦ ਨੇ। ਨਿਹਾਲ ਸਿੰਘ ਵਾਲੇ ਦੇ ਮੇਨ ਬਾਜ਼ਾਰ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਨਿਹਾਲ ਸਿੰਘ ਵਾਲੇ ਦਾ ਪੁਲਿਸ ਪ੍ਰਸ਼ਾਸਨ ਵੀ ਇੱਥੇ ਮੌਜੂਦ ਆ, ਲਗਭਗ ਨਿਹਾਲ ਸਿੰਘ ਵਾਲਾ ਦਾ ਲੋਕਲ ਲੋਕ ਇੱਥੇ ਮੌਜੂਦ ਨੇ, ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂ ਵੀ ਇੱਥੇ ਮੌਜੂਦ ਸੀ। ਲਾਈਵ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਮੇਨ ਮਾਰਕੀਟ ਨਿਹਾਲ ਸਿੰਘ ਵਾਲਾ ਦੀਆਂ ਇਹ ਤਸਵੀਰਾਂ ਨੇ।